ਦੁਨੀਆਂ 'ਚ ਸ਼ਾਇਦ ਪਾਕਿਸਤਾਨ ਇੱਕ ਇਤਿਹਾਸ ਕਾਇਮ ਕਰੂਗਾ ਕਿ ਆਪਣੇ ਮੁਰਸ਼ਦ ਦੇ ਨਕਮਸਤਕ ਹੋਣ ਵਾਸਤੇ ਉਹ ਪੈਸੇ ਚਾਰਜ ਕਰਨਗੇ। ਤੇ ਮੈਂ ਕਹਿੰਦੀ ਹਾਂ ਕਿ ਲਾਨਤ ਇਹੋ ਜਿਹੀ ਗੱਲ, ਸਾਰਾ ਦੁਨੀਆਂ ਉਹਨਾਂ ਦੇ ਉੱਤੇ ਇਸ ਗੱਲ 'ਚ ਥੂ-ਥੂ ਕਰੂਗਾ। ਤੁਸੀਂ ਸਾਰੇ ਜਾਣਦੇ ਹੋ ਕੇਂਦਰ ਸਰਕਾਰ ਨੇ ਸਾਫ਼ ਕਹਿਤਾ ਹੈਗਾ ਕਿ ਇਹ ਬਿਲਕੁਲ ਜ਼ੁਲਮ ਹੈਗਾ ਤੇ ਇਹ ਜਜ਼ੀਆ ਟੈਕਸ ਤੋਂ ਘੱਟ ਨਹੀਂ ਹੈਗਾ, ਲੇਕਿਨ ਉਹ ਪਾਕਿਸਤਾਨ ਕੀ ਫੈਸਲਾ ਕਰਦੀ ਮੈਂ ਨਾ ਉਹਦੇ ਬਾਰੇ ਕਹਿ ਸਕਦੀ ਹਾਂ। ਜਿੰਨੀਆਂ ਵੀ ਸ਼ਤਾਬਦੀਆਂ ਅੱਜ ਤੱਕ ਮਨਾਈਆਂ ਗਈਆਂ, ਭਾਵੇਂ ਸੈਂਟਰ 'ਚ ਕਾਂਗਰਸ ਸਰਕਾਰ ਹੋਵੇ, ਭਾਵੇਂ ਸੂਬੇ 'ਚ ਕਾਂਗਰਸ ਸਰਕਾਰ ਹੋਵੇ, ਭਾਵੇਂ ਨਿਤਿਸ਼ ਕੁਮਾਰ ਜੀ ਨੇ ਪਟਨਾ ਵਿੱਚ ਮਨਾਈ ਹੋਏ, ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਥੱਲੇ ਹੋਇਆ, ਇਹਨਾਂ ਨੂੰ ਕੀ ਪ੍ਰਸਟੀਜ ਇਸ਼ੂ ਹੈ? ਤੁਸੀਂ ਕੋਈ ਨਵਾਂ ਇਤਿਹਾਸ ਕਰਨਾ ਚਾਹੁੰਦੇ ਹੋ? ਤੁਸੀਂ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਜ਼ਿਆਦਾ ਪੰਥਕ ਹੋ? ਕਾਰ ਦੀ ਡਿਊਟੀ ਹੈ ਇਨਫਰਾਸਟ੍ਰਕਚਰ ਸਪੋਰਟ, ਸਾਰਾ ਜੋ ਬਾਹਰਲਾ ਪ੍ਰਬੰਧ ਹੈ, ਜਿਵੇਂ ਇੱਥੇ ਸਰਕਾਰ ਦੀ ਡਿਊਟੀ ਹੈ, ਜਿਵੇਂ ਸਾਰਾ ਅਰੇਂਜਮੈਂਟ ਸਾਰਾ ਕੁਛ ਹੈ, ਇੰਨੇ ਲੱਖਾਂ ਸ਼ਰਧਾਲੂ ਆਉਣਗੇ, ਉਹਨਾਂ ਨੂੰ ਇਨਕਨਵੀਨੀਅੰਸ ਨਾ ਹੋਏ, ਰੋਡ ਨੈਟਵਰਕ ਠੀਕ ਹੋਏ, ਉੱਥੇ ਮੈਡੀਕਲ ਫੈਸਿਲਿਟੀਜ਼ ਠੀਕ ਹੋਏ, ਉੱਥੇ ਲਾਈਟਿੰਗ ਦਾ ਪ੍ਰਬੰਧ ਪੂਰਾ ਹੋਏ, ਉੱਥੇ ਕੋਈ ਲਾਅ ਐਂਡ ਆਰਡਰ ਸਾਰਾ ਪੂਰਾ ਹੋਏ, ਆਹ ਸਰਕਾਰ ਦੇ ਕੰਮ ਹੈ।